ਸਾਰੀ ਸੰਗਤ ਨੂੰ ਜੁਝਾਰੂਆਂ ਨੂੰ ਬੇਨਤੀ ਹੈ ਕਿ ਅਸੀਂ ਯੂਥ ਫਾਰ ਸਵਰਾਜ ਵਿਦਿਆਰਥੀ ਨੌਜਵਾਨ ਜਥੇਬੰਦੀ ਦੇ ਕਾਰਕੁਨ ਹੈ ਔਰ ਅਸੀਂ ਤੁਹਾਡੇ ਨਾਲ ਜਿਹੜਾ ਇਨਕਲਾਬੀ ਗੀਤ ਸੰਗੀਤ ਜੁਝਾਰੂ ਗੀਤ ਸੰਗੀਤ ਸਾਂਝਾ ਕਰਨਾ ਔਰ ਇਹ ਗੀਤ ਸੰਗੀਤ ਕੋਈ ਮਨੋਰੰਜਨ ਦੇ ਲਈ ਨਹੀਂ ਹੈ ਇਹ ਦੱਸਣ ਦੇ ਲਈ ਕਿ ਤਾਂ ਸਾ ਕੇ ਸਾਨੂੰ ਯਾਦ ਰਹੇ ਕਿ ਅਸੀਂ ਇੱਥੇ ਕਿਸ ਮਕਸਦ ਦੇ ਲਈ ਆਏ ਹਾਂ ਇਹ ਦਿੱਲੀ ਦੀ ਹਕੂਮਤ ਨੂੰ ਲਲਕਾਰ ਹੈ ਗੀਤ ਸਾਡੇ ਇਹ ਗੀਤ ਸਾਡੀ ਵਿਰਾਸਤ ਦੀ ਗਵਾਹੀ ਭਰਦੇ ਹੈ ਕਿ ਅਸੀਂ ਸੰਘਰਸ਼ ਆਏ ਲੜਦੇ ਹੁੰਦੇ ਹਾਂ ਔਰ ਅਸੀਂ ਸਮਝਦੇ ਕਿ ਸਾਡਾ ਜ਼ਫਰਨਾਮਿਆਂ ਦਾ ਬਾਬਰ ਬਾਣੀਆਂ ਦਾ ਜਿਹੜਾ ਜੰਗਾਂ ਦੇ ਵਿੱਚ ਵਾਰਾਂ ਦਾ ਜਾਂ ਰਣਜੀਤ ਨਗਾੜਿਆਂ ਦਾ ਇਤਿਹਾਸ ਹੈ ਉਸ ਲੀਹ ਨੂੰ ਆਪਾਂ ਸਾਰਿਆਂ ਨੇ ਇਹ ਸਾਹਿਤ ਔਰ ਕਲਾ ਦੇ ਨਾਲ ਜਿਹੜਾ ਸੰਘਰਸ਼ਾਂ ਦੇ ਵਿੱਚ ਉਹਦਾ ਯੋਗਦਾਨ ਹੁੰਦਾ ਉਹਦੇ ਨਾਲ ਆਪਾਂ ਗਾਂਹ ਤੋਰਨਾ ਤੇ ਪਹਿਲਾ ਗੀਤ ਆਪਾਂ ਸਾਂਝਾ ਕਰਾਂਗੇ ਸੰਤਰਾਮ ਉਦਾਸੀ ਹੋਰਾਂ ਦਾ ਸਾਥੀ ਅਮਨਦੀਪ ਕੌਰ ਖੀਵਾ ਇਹ ਤੁਹਾਡੇ ਨਾਲ ਗੀਤ ਸਾਂਝਾ ਕਰਨਗੇ ਔਰ ਤੁਸੀਂ ਸਾਰਿਆਂ ਨੇ ਸਾਥ ਦੇਣਾ ਕਿਉਂਕਿ ਆਪਣਾ ਸਾਂਝਾ ਸੰਘਰਸ਼ ਹੈ ਦੇਸ਼ ਹੈ ਪਿਆਰਾ ਸਾਨੂੰ ਜਿੰਦੜੀ ਪਿਆਰੀ ਨਾਲੋਂ ਦੇਸ਼ ਹੈ ਪਿਆਰਾ ਸਾਨੂੰ ਜਿੰਦੜੀ ਪਿਆਰੀ ਨਾਲੋਂ ਦੇਸ਼ ਤੋਂ ਪਿਆਰੇ ਇਹਦੇ ਲੋਕ ਕਹਾਣੀਆਂ ਅਸਾਂ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ ਸੰਘਰਸ਼ ਦੇ ਵਿੱਚ ਢਾਲ ਕੇ ਕਵੀ ਸੁਰਜੀਤ ਗੱਗ ਹੋਰਾਂ ਵੱਲੋਂ ਤਿਆਰ ਕੀਤਾ ਗਿਆ ਔਰ ਆਪਾਂ ਸਾਰੇ ਮਿਲ ਕੇ ਤੁਸੀਂ ਹਈ ਜਮਾਲੋ ਕਹੋਗੇ ਜਿੰਨਾ ਉੱਚੀ ਹਈ ਜਮਾਲੋ ਕਹੋਗੇ ਓਨੀ ਉੱਚੀ ਇੱਧਰੋਂ ਗੀਤ ਹੋਊਗਾ ਤੇ ਆਪਾਂ ਸਾਰਿਆਂ ਨੇ ਮਿਲ ਕੇ ਜਿਵੇਂ ਪਹਿਲਾਂ ਕਿਹਾ ਕਿ ਮਨੋਰੰਜਨ ਲਈ ਨਹੀਂ ਇਹ ਗੀਤ ਸਾਡੀ ਹਕੂਮਤ ਨੂੰ ਲਲਕਾਰ ਹੋਊਗੀ ਔਰ ਜਿਹੜਾ ਵੀ ਸੰਘਰਸ਼ ਦੇ ਵਿੱਚ ਆਇਆ ਉਹ ਉੱਚੀ ਸਾਥ ਦੇਊਗਾ ਉਹ ਤੁਤਕ 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 ਤੂਤੀਆਂ ਹਈ ਜਮਾਲੋ ਜਾ ਸਕਦਾ ਹੈ ਜੀ ਉਹ ਇਹ ਪੰਜਾਬ ਦੀ
ਤਾਂ ਅਸੀਂ ਜੁਝਾਰੂ ਸਾਥੀਓ ਹੁਣ ਕੁਝ ਬੋਲੀਆਂ ਨੇ ਮੋਦੀ ਵਿਰੋਧੀ ਬੋਲੀਆਂ ਨੇ ਤਾਂ ਤੁਸੀਂ ਸਾਰੇ ਜਾਣੇ ਇਹਨਾਂ ਬੋਲੀਆਂ 'ਚ ਸਾਡਾ ਸਾਥ ਦਿਓਗੇ ਅਜਿਹੀ ਉਮੀਦ ਕਰਦੀ ਹਾਂ ਗਿੱਧੇ ਦੇ ਨਾਲ ਤੇ ਬੋਲਾਂ ਦੇ ਨਾਲ ਤਾਂ ਮੈਂ ਬੋਲੀਆਂ ਸ਼ੁਰੂ ਕਰਨ ਜਾ ਰਹੀ ਹਾਂ ਉਹ ਮੋਦੀ ਘੁੱਟ ਵੜ ਗਿਆ ਕੱਢ ਲਓ ਬੀਨ ਬਚਾ ਕੇ ਮੋਦੀ ਘੁੱਟ ਵੜ ਗਿਆ ਕੱਢ ਲਓ ਬੀਨ ਬਚਾ ਕੇ ਜਵਾਬ ਨਾ ਆਵੇ ਟ੍ਰੈਂਡਿੰਗਾਂ ਦਾ
बाबा मोती को तो मुंह किया से, बाबा मोती को तो मुंह